श्री वाहिगुरु साहिब जी, गुरु गरीब निवाज, कर कृपा कृपाल, आपे बख्श ले सदा सदा जपी तेरा नाम, सतगुर पाए पै, सदा सदा जपी तेरा नाम, सतगुर पाए पै, वै सिफत खसम दे नूर अरशों कुरशों चटिया, तुद डिठे सचे पातशाह, मल जन्म जन्म दी कटिया, सजण सचा पातशाह, सिर शाह दशाह, जिस पास बैठिया सोही है, सबना दा वेसा हो। वाहिगुरु साहिब जी, सोही महला चौथा, हर नामा हर रंग है, हर रंग मजिठ रंग, गुर तुठ हर रंग चाड़िया, फिर बहुड़ ना होवी भंग, हर नामा हर रंग है, हर रंग मजिठ रंग, गुर तुठे हर रंग चाढ़िया, फिर बहुड़ ना होवी भंग। मेरे मन हर राम नाम कर रंग, गुर तुठे हर उपदेसिया, हर भेटिया राउ निसंग रहाउ, मुंद आणी मन मुखी, फिर आवन जाना अंग, हर प्रभ चितना आयो, मन दूजा पाउ सहलंग, हम मैल भरे दुहचारिया, हर राखो अंगी अंग, गुर अमृत सर नवलाया, सब लाथे किल बिख पंग, हर दीना दीन दयाल प्रभ, सत संगत मिलो हो संग, मिल संगत हर रंग पाया, जन नानक मन तन रंग, हर दीना दीन दयाल प्रभ, सत संगत मिलो हो संग, मिल संगत हर रंग पाया, जन नानक मन तन रंग। वाहिगुरु जी का खालसा, वाहिगुरु जी की फतेह। कोटान कोट शुक्र है सतगुरु जी का, जिन्हां ने बख्शिश कीती है, दर्शन दीदार बख्श के हजूर ने,
ਪਾਵਨ ਹੁਕਮਨਾਮੇ ਦੀ ਅਸੀਸ ਬਖਸ਼ੀ ਹੈ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 734 731 ਦੇ ਉੱਤੇ ਅੰਕਿਤ ਹਨ। ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਸਾਡੇ ਮਨ ਨੂੰ ਸਮਝਾਉਂਦਿਆਂ ਹੋਇਆਂ, ਮੇਰੇ ਮਨ ਹਰ ਰਾਮ ਨਾਮ ਕਰ ਰੰਗ। ਰੰਗ ਦਾ ਸਾਡੇ ਮਨ ਅੰਦਰ ਔਰ ਦੁਨੀਆਂ ਦੀ ਨਜ਼ਰਾਂ ਦੇ ਵਿੱਚ ਬਹੁਤ ਵੱਡਾ ਮਹੱਤਵ ਹੈ। ਹਰ ਇੱਕ ਦਾ ਆਪਣਾ ਆਪਣਾ ਚੁਆਇਸ ਦਾ ਰੰਗ ਹੁੰਦਾ। ਇੱਕ ਬਾਹਰੀ ਰੰਗ ਹੈ, ਇੱਕ ਅੰਦਰੂਨੀ ਰੰਗ ਹੈ। ਪਿਆਰ ਦੇ ਵਿੱਚ ਅੱਖਾਂ ਦਾ ਰੰਗ ਕੁਛ ਹੋਰ ਹੁੰਦਾ ਹੈ, ਗੁੱਸੇ ਦੇ ਅੰਦਰ ਉਹੀ ਅੱਖਾਂ ਦਾ ਰੰਗ ਬਦਲ ਜਾਂਦਾ ਹੈ। ਸਤਸੰਗਤ ਕਰਕੇ, ਅਭਿਆਸੀ ਨਾਮ ਜਪ ਕੇ, ਕੀਰਤਨ ਕਰਕੇ, ਕੀਰਤਨ ਸੁਣ ਕੇ ਉਹਦੇ ਨੇਤਰਾਂ ਦਾ ਰੰਗ ਕੁਛ ਹੋਰ ਹੁੰਦਾ ਹੈ। ਦੁਨੀਆਂ ਦਾ ਢੋਲ ਧਮੱਕਾ, ਦੁਨੀਆਂ ਦੇ ਰੰਗ ਤਮਾਸ਼ੇ, ਦੁਨੀਆਂਦਾਰੀਆਂ ਦੇ ਗਾਣੇ ਸੁਣ ਕੇ ਅੱਖਾਂ ਦਾ ਰੰਗ ਕੁਛ ਹੋਰ ਹੋਏਗਾ। ਇੱਕ ਨਸ਼ੇ ਦੀਆਂ ਅੱਖਾਂ ਦੱਸ ਦਿੰਦੀਆਂ ਨੇ ਇਹਦੇ ਅੰਦਰ ਇਹਨੇ ਕੋਈ ਨਸ਼ਾ ਕੀਤਾ ਹੈ ਜੀ, ਅੱਖਾਂ ਲਾਲ ਨੇ, ਨਸ਼ਾ ਕੀਤਾ ਹੈ। ਇੱਕ ਨਾਮ ਜਪਣ ਵਾਲੇ, ਗੁਰੂ ਦੇ ਪਿਆਰ ਵਿੱਚ ਬੈਠਣ ਵਾਲੇ ਦੀਆਂ ਅੱਖਾਂ ਦਾ ਰੰਗ ਵੀ ਦੱਸ ਦਿੰਦਾ ਹੈ ਇਹ ਕਿਸੇ ਨਾਮ ਦੇ ਰੰਗ ਦੇ ਵਿੱਚ ਡੁੱਬਿਆ ਜੀ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਇਸੇ ਕਰਕੇ ਕਹਿੰਦੇ ਨੇ ਵੀ ਨਾਮ ਜਪਣ ਵਾਲਿਆਂ ਦੇ ਚਿਹਰਿਆਂ ਤੇ ਕੁਛ ਲਾਲੀ ਹੁੰਦੀ, ਭਾਵ ਡਿਫਰੈਂਟ ਫੀਲਿੰਗਸ ਆਉਂਦੀਆਂ ਨੇ। ਨੇਤਰਾਂ ਦੇ ਵਿੱਚੋਂ ਇੱਕ ਬੜੇ ਪਿਆਰ ਦੀ ਝਲਕ ਮਿਲਦੀ ਹੈ। ਇਹ ਝਲਕ ਹਰ ਇੱਕ ਦੇ ਨੇਤਰਾਂ ਚੋਂ ਮਿਲੇ, ਹਰ ਮਨੁੱਖ ਮਾਤਰ ਦੇ ਨੇਤਰਾਂ ਚੋਂ ਇਹ ਪਿਆਰ ਦੀ ਝਲਕ ਮਿਲੇ, ਨਾਮ ਦਾ ਰਸ ਮਿਲੇ, ਨਾਮ ਦੇ ਰੰਗ ਦੇ ਦਰਸ਼ਨ ਹੋਣ। ਇਸ ਕਰਕੇ ਹਰ ਧਰਮ ਗ੍ਰੰਥ ਨੇ ਬੜੀ ਕੋਸ਼ਿਸ਼ ਕੀਤੀ ਹੈ ਕਿ ਮਨੁੱਖ ਪਰਮਾਤਮਾ ਦੇ ਪਿਆਰ ਵਿੱਚ ਬੈਠੇ, ਨਾਮ ਸਿਮਰਨ ਦੇ ਵਿੱਚ ਬੈਠੇ ਤੇ ਹਰ ਇੱਕ ਦਾ ਇੱਕੋ ਜਿਹਾ ਪਿਆਰ ਦਾ ਰੰਗ ਹੋਵੇ। ਸਿਆਣੇ ਕਹਿੰਦੇ ਨੇ ਜੀ ਆਪਾਂ ਪਿਆਰ ਵੰਡਾਂਗੇ ਤੇ ਅੱਗੋਂ ਪਿਆਰ ਮਿਲਦਾ ਹੈ, ਜੇ ਅਸੀਂ ਨਫ਼ਰਤ ਦੇ ਨਾਲ ਬੋਲਾਂਗੇ ਤੇ ਡੈਫੀਨੇਟਲੀ ਸਾਨੂੰ ਅੱਗੋਂ ਨਫ਼ਰਤ ਹੀ ਸੁਣਨੀ ਪੈਗੀ। ਤਾਂ ਕਹਿੰਦੇ ਨੇ ਇਫ ਯੂ ਵਾਂਟ ਲਵ spread love, if you want hate then it is your decision. ਤਾਂ ਮੇਰੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ, ਸਾਨੂੰ ਸਮਝਾਇਆ ਹੈ, ਉਹ ਮੇਰੇ ਮਨ ਪਰਮਾਤਮਾ ਦੇ ਨਾਮ ਰੂਪੀ ਰੰਗ ਦੇ ਵਿੱਚ ਆਪਣਾ ਮਨ ਰੰਗ ਲੈ। ਇਹਨੂੰ ਕਹਿੰਦੇ ਨੇ ਰਾਮ ਰੰਗ ਕਦੇ ਉਤਰ ਨਾ ਜਾਏ, ਗੁਰਪੂਰਾ ਜਿਸ ਦੇਹ ਬੁਝਾਏ। ਇਸੇ ਨਾਮ ਦੇ ਰੰਗ ਨੂੰ ਹੀ ਸਾਹਿਬ ਜੀ ਨੇ ਕਿਹਾ, ਜਾਂ ਕਹੂ ਹਰ ਰੰਗ ਲਾਗੋ ਇਸ ਯੁਗ ਮਹਿ, ਸੋ ਕਹੀਅਤ ਹੈ ਸੂਰਾ। ਸੂਰਮਾ ਵੀ ਤਾਂ ਹੀ ਬਣਿਆ ਜਾਂਦਾ ਹੈ, ਯੋਧਾ ਵੀ ਤਾਂ ਹੀ ਬਣਦਾ ਜੇ ਅੰਦਰ ਪਰਮਾਤਮਾ ਦਾ ਰੰਗ ਹੈ, ਉਹਦਾ ਨਾਮ ਅੰਦਰ ਵਸ ਗਿਆ ਹੈ ਤੇ ਨਹੀਂ ਡਰਦੇ ਫਿਰ ਆਰਿਆਂ ਤੋਂ, ਨਹੀਂ ਡਰੇ ਉਹ ਦੇਗ ਉੱਬਲਦੀ ਤੋਂ, ਨਹੀਂ ਡਰੇ ਉਹ ਸਾਹਮਣੇ ਇੱਕ ਰੂਹ ਦੇ ਵਿੱਚ ਬੰਨ ਕੇ ਸਾੜਨ ਦੇ ਇੰਤਜ਼ਾਮ ਕੀਤੇ ਗਏ ਨੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਬਾਬਾ ਬੰਦਾ ਸਿੰਘ ਜੀ ਬਹਾਦਰ। ਨਹੀਂ ਡਰੇ ਕਿਉਂਕਿ ਅੰਦਰ ਨਾਮ ਦਾ ਰੰਗ ਲੱਗ ਗਿਆ ਹੈ। ਜਾਂ ਕਹੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰਾ। ਸਾਰੀ ਰਾਤ
ਮਾਂ ਗੁਜ਼ਰੀ ਨੇ ਲਾਲਾਂ ਨੂੰ ਸਾਹਿਬਜ਼ਾਦਿਆਂ ਨੂੰ ਬਾਣੀ ਦੀਆਂ ਲੋਰੀਆਂ ਦਿੱਤੀਆਂ, ਅਸੀਸਾਂ ਦਿੱਤੀਆਂ, ਬਾਣੀ ਨਾਲ ਜੋੜ ਕੇ ਰੱਖਿਆ ਤੇ ਨਹੀਂ ਡਰੇ ਸੂਬੇ ਦੀ ਕਚਹਿਰੀ ਵਿੱਚ ਗੱਜ ਕੇ ਫਤਿਹ ਬੁਲਾਉਂਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾਮ ਦਾ ਰੰਗ ਹੈ ਜਾਪੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਅਤ ਹੈ ਸੂਰਾ। ਤੇ ਮੇਰੇ ਸਤਿਗੁਰੂ ਜੀ ਕਹਿੰਦੇ ਨੇ ਪਤਾ ਨਹੀਂ ਕਦੋਂ ਲੋੜ ਪੈ ਜਾਏ ਤੈਨੂੰ ਸੂਰਮਾ ਬਣਦੀ ਸੱਜਣਾ, ਇਸ ਕਰਕੇ ਨਾਮ ਜਪ, ਬਾਣੀ ਨਾਲ ਜੁੜ, ਪਰਮਾਤਮਾ ਨਾਲ ਪਿਆਰ ਜੋੜੀ ਰੱਖ। ਤੇ ਸਤਿਗੁਰੂ ਜੀ ਨੇ ਸਾਨੂੰ ਅੰਮ੍ਰਿਤ ਦੀ ਦਾਤ ਦੇ ਕੇ ਸੰਤ ਸਿਪਾਹੀ ਬਣਾਇਆ, ਇਹ ਸੰਤ ਵੀ ਬਣੇ, ਇਹ ਸਿਪਾਹੀ ਵੀ ਬਣੇ, ਇਹ ਸੇਂਟ ਐਂਡ ਸੋਲਜਰ ਹੈ। ਤਾਂ ਮੇਰੇ ਸਤਿਗੁਰੂ ਜੀ ਕਹਿੰਦੇ ਮੇਰੇ ਮਨ ਹਰ ਰਾਮ ਨਾਮ ਕਰ ਰੰਗ, ਓ ਮਾਈ ਮਾਇੰਡ ਇਨ ਸ਼ਰੀਨ ਲਵ ਫੋਰ ਦਾ ਨੇਮ ਆਫ ਦਾ ਲਾਰਡ। ਵਾਹਿਗੁਰੂ 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 ਇਹ ਕਰਕੇ ਵੇਖੀਏ ਤੇ ਸਹੀ। ਮੈਂ ਇਹ ਕਹਾਂਗਾ ਸ਼ੁਰੂ ਕਰਨ ਤੋਂ ਪਹਿਲਾਂ ਕਦੇ ਆਪਣਾ ਫੇਸ ਸ਼ੀਸ਼ੇ ਦੇ ਵਿੱਚ ਤੱਕ ਕੇ ਬਹਿ ਜਾਓ ਚੌਕੜਾ ਮਾਰ ਕੇ ਗੁਰੂ ਨਾਨਕ ਦੇ ਪਿਆਰ ਵਿੱਚ ਬੈਠ ਜਾਓ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਿਆਰ ਵਿੱਚ ਆ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਸਤਿਗੁਰਾਂ ਦੇ, ਬੈਠ ਜਾਓ ਗੁਰੂ ਦੇ ਪਿਆਰ ਦੇ ਵਿੱਚ 10-20 ਮਿੰਟ ਕੋਈ ਅੱਧਾ ਘੰਟਾ ਗੁਰੂ ਦੀ ਯਾਦ ਵਿੱਚ ਬੈਠੋ, ਸਿਮਰਨ ਕਰੋ ਵਾਹਿਗੁਰੂ ਵਾਹਿਗੁਰੂ, ਤੇ ਫਿਰ ਉੱਠ ਕੇ ਨੇਤਰਾਂ ਦਾ ਆਪ ਹੀ ਦਰਸ਼ਨ ਕਰੋ, ਸ਼ੀਸ਼ੇ ਦੇ ਵਿੱਚ ਮੂੰਹ ਦੇਖੋ, ਦੇਖੋ ਕੈਸਾ ਰੰਗ ਬਦਲਦਾ ਹੈ, ਕੈਸਾ ਪਿਆਰ ਝਲਕੇਗਾ। ਤਾਂ ਸਤਿਗੁਰੂ ਜੀ ਕਹਿੰਦੇ ਨੇ ਗੁਰ ਤੁੱਠੈ ਹਰ ਉਪਦੇਸ਼ਿਆ ਹਰ ਭੇਟਿਆ ਰਾਉ ਨਿਸੰਗ। ਉਸ ਮਾਲਕ ਨੇ ਕਿਰਪਾ ਕੀਤੀ ਸਾਡੇ ਤੇ ਤੁੱਠਿਆ, ਜਦੋਂ ਗੁਰੂ ਦੇ ਪਾਸ ਜਾਈਏ, ਗੁਰੂ ਤੋਂ ਮੰਗ ਮੰਗੀਏ, ਸੱਚੇ ਪਾਤਸ਼ਾਹ ਕਰ ਕਿਰਪਾ ਆਪਣਾ ਨਾਮ ਦੇਹੋ, ਤਾਂ ਮੇਰੇ ਸਤਿਗੁਰੂ ਬਖਸ਼ਿਸ਼ ਕਰਦੇ ਨੇ ਹਰ ਭੇਟਿਆ ਰਾਉ ਨਿਸੰਗ, ਉਹਨੂੰ ਨਾਮ ਸਿਮਰਨ ਦਾ ਉਪਦੇਸ਼ ਬਖਸ਼ ਕੇ ਸੱਚੇ ਪਾਤਸ਼ਾਹ ਨਿਹਾਲ ਕਰਦੇ ਨੇ, ਤੇ ਉਸ ਪਰਮਾਤਮਾ ਦੇ ਨਾਲ ਸਾਡਾ ਪਿਆਰ ਫਿਰ ਜੁੜਿਆ ਰਹਿੰਦਾ ਹੈ। ਦਾ ਗੁਰੂ ਸੈਟਿਸਫਾਈਡ ਐਂਡ ਪਲੀਜ਼ਡ ਟਾਊਟ ਮੀ ਅਬਾਊਟ ਦਾ ਲਾਰਡ ਐਂਡ ਮਾਈ ਸੋਵਰੀਅਨ ਲਾਰਡ ਕਿੰਗ ਮੈਟ ਵਿਦ ਮੀ ਐਟ ਵਾਂਸ ਹਰ ਭੇਟਿਆ ਰਾਉ ਨਿਸੰਗ। ਤਾਂ ਹਜ਼ੂਰ ਗੁਰੂ ਰਾਮਦਾਸ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਸੱਚੇ ਪਾਤਸ਼ਾਹ ਕਹਿੰਦੇ ਨੇ ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠੈ ਰੰਗ, ਗੁਰ ਤੁੱਠੈ ਹਰ ਰੰਗ ਚਾੜਿਆ ਫਿਰ ਬਹੁੜ ਨਾ ਹੋਵੇ ਭੰਗ। ਪਰਮਾਤਮਾ ਦਾ ਨਾਮ, ਗੁਰੂ ਦਾ ਨਾਮ ਇੱਕ ਪਿਆਰ ਦਾ ਰੰਗ ਹੈ, ਇੱਕ ਉਹ ਰੰਗ ਹੈ ਜਿਹੜਾ ਆਪ ਵੀ ਰੰਗਿਆ ਜਾਂਦਾ ਹੈ ਤੇ ਦੂਸਰੇ ਨੂੰ ਵੀ ਰੰਗਣ ਦੇ ਵਿੱਚ ਲੈ ਆਉਂਦਾ ਹੈ। ਇਹ ਮਜੀਠ ਦਾ ਰੰਗ ਹੈ, ਪੱਕਾ ਰੰਗ ਹੈ। ਦਾ ਲਾਰਡਸ ਨੇਮ ਇਜ ਦਾ ਲਵ ਆਫ ਦਾ ਲਾਰਡ, ਦਾ ਲਾਰਡਸ ਲਵ ਇਜ ਦਾ ਪਰਮਾਨੈਂਟ ਕਲਰ, ਮਜੀਠ ਦਾ ਰੰਗ ਹੈ। ਤੇ ਸਤਿਗੁਰੂ ਕਹਿੰਦੇ ਨੇ ਗੁਰੂ ਪ੍ਰਸੰਨ ਹੋਇਆ, ਗੁਰੂ ਖੁਸ਼ ਹੋਇਆ ਹੈ ਆਏ ਹੋਏ ਸੇਵਾਦਾਰ ਤੇ, ਆਏ ਹੋਏ ਸਤਸੰਗੀ ਤੇ। ਤੇ ਸਤਿਗੁਰ ਨੇ ਕਿਰਪਾ ਕੀਤੀ ਹੈ, ਗੁਰ ਤੁੱਠੈ ਹਰ ਰੰਗ ਚਾੜਿਆ, ਗੁਰੂ ਨੇ ਉਹ ਰੰਗ ਦੀ ਬਖਸ਼ਿਸ਼ ਕਰ ਦਿੱਤੀ ਹੈ, ਨਾਮ ਦਾ ਰੰਗ ਤੁੱਟ ਕੇ ਸਾਨੂੰ ਪਰਮਾਤਮਾ ਦਾ ਨਾਮ ਰੂਪੀ ਰੰਗ ਸਾਡੇ ਇਸ ਤਨ ਤੇ ਮਨ ਦੇ ਉੱਤੇ ਬਖਸ਼ਿਸ਼ ਕਰ ਦਿੱਤਾ ਹੈ, ਚਾੜ ਦਿੱਤਾ ਹੈ, ਤੇ ਉਸ ਰੰਗ ਨੂੰ ਹੁਣ ਕਦੇ ਖਤਮ ਹੋ ਨਹੀਂ ਸਕਦਾ, ਉਹ ਰੰਗ ਕਦੇ ਖਤਮ ਨਹੀਂ ਹੋ ਸਕਦਾ। ਵੈਨ ਦਾ ਗੁਰੂ ਇਜ ਟੋਟਲੀ ਸੈਟਿਸਫਾਈਡ ਐਂਡ ਪਲੀਜ਼ਡ ਹੀ ਕਲਰਸ ਅਸ ਵਿਦ ਦਾ ਨੇਮ ਆਫ ਲਾਰਡ, ਨੇਮ ਆਫ ਗਾਡ, ਮੂਲ ਮੰਤਰ, ਗੁਰ ਮੰਤਰ। ਦਿਸ ਕਲਰ ਸ਼ੈਲ ਨੈਵਰ ਫੇਡ ਅਵੇ,
ਇਹ ਕਲਰ ਫਿਰ ਫੇਡ ਨਹੀਂ ਹੁੰਦਾ, ਇਹ ਕਲਰ ਭੰਗ ਨਹੀਂ ਹੁੰਦਾ। ਤੇ ਮੇਰੇ ਸਤਿਗੁਰੂ ਜੀ ਕਹਿੰਦੇ ਨੇ ਅਸੀਂ ਕਰਦੇ ਕੀ ਆ, ਅਸੀਂ ਆਪਣੇ ਮਨ ਦੇ ਖਿਆਲਾਂ ਪਿੱਛੇ ਲੱਗ ਜਾਂਦੇ ਆ, ਆਪਣੇ ਮਨ ਦੇ ਵਿਚਾਰਾਂ ਪਿੱਛੇ ਲੱਗ ਜਾਂਦੇ ਆ, ਨਹੀਂ ਸਤਸੰਗਤ ਕਰਦੇ, ਬਹੁਤ ਘੱਟ ਕਰਦੇ ਆ, ਜਾਂ ਅਸੀਂ ਵਕਤ ਸਿਰ ਨਹੀਂ ਪਹੁੰਚਦੇ। ਮੁਸਤਲੀ ਅਸੀਂ ਦੀਵਾਨਾ ਦੇ ਵਿੱਚ ਵੀ ਪਹੁੰਚਦੇ ਹਾਂ ਕਿ ਅਖੀਰ ਦੇ ਸਮੇਂ ਤੇ ਜਦੋਂ ਦੀਵਾਨ ਦੀ ਸਮਾਪਤੀ ਹੁੰਦੀ ਹੈ ਤੇ ਲਾਹਾ ਨਹੀਂ ਮਿਲਦਾ, ਜੋ ਲਾਹਾ ਲੈਣਾ ਚਾਹੀਦਾ ਨਾ ਸਾਨੂੰ ਉਹ ਨਹੀਂ ਮਿਲ ਪਾਉਂਦਾ, ਇਸ ਕਰਕੇ ਇਨਕੰਪਲੀਟ ਜੀ ਲਾਈਫ ਬਣੀ ਰਹਿੰਦੀ ਹੈ। ਤੇ ਸਾਹਿਬ ਕਹਿੰਦੇ ਨੇ ਮੁੰਦ ਇਆਣੀ ਮਨਮੁਖੀ ਫਿਰ ਆਵਣ ਜਾਣਾ ਅੰਗ, ਹਰ ਪ੍ਰਭ ਚਿਤ ਨਾ ਆਇਓ ਮਨ ਦੂਜਾ ਭਾਉ ਸਹਿਲੰਗ। ਇਹ ਸਾਡੀ ਰੂਹ ਸਾਡੀ ਅਣਜਾਣ ਇਸਤਰੀ ਵਾਂਗੂ ਗੁਰੂ ਦਾ ਆਸਰਾ ਛੱਡ ਕੇ ਆਪਣੇ ਮਨ ਪਿੱਛੇ ਲੱਗ ਤੁਰਦੀ ਹੈ ਨਾ ਜਦੋਂ, ਤੇ ਫਿਰ ਜਨਮ ਮਰਨ ਦੇ ਗੇੜ ਵਿੱਚ ਪੈ ਜਾਂਦੀ ਹੈ। ਦਾ ਸੈਲਫ ਵਿਲਡ ਮਨਮੁਖ ਇਜ਼ ਲਾਈਕ ਦਾ ਇਗਨੋਰੈਂਟ ਬਰਾਈਡ। ਇੱਕ ਇਗਨੋਰੈਂਟ ਬਰਾਈਡ ਜਿਹੜੀ ਹੈ ਉਹ ਪਤੀ ਨੂੰ ਛੱਡ ਕੇ, ਉਹ ਆਪਣੇ ਘਰ ਨੂੰ ਛੱਡ ਕੇ ਦੂਸਰੇ ਘਰ ਦੀ ਸੋਚ ਮਾਰਦੀ, ਸੋਚ ਕਰਦੀ ਹੈ, ਜਾਂਦੀ ਹੈ, ਛੱਡ ਜਾਂਦੀ ਹੈ, ਤੇ ਫਿਰ ਕੀ ਹੁੰਦਾ ਹੈ, ਲੋਕੀ ਮਾੜਾ ਕਹਿੰਦੇ ਨੇ, ਘਰ ਛੱਡ ਆਈ ਹੈ। ਗੁਰਬਾਣੀ ਨੂੰ ਸਤਿਗੁਰ ਜੀ ਨੇ ਸਾਡੀ ਜੀਵ ਰੂਪੀ ਆਤਮਾ ਨੂੰ ਇੱਕ ਪਤਨੀ ਤੇ ਪਰਮਾਤਮਾ ਨੂੰ ਪਤੀ ਦੇ ਰੂਪ ਦੇ ਵਿੱਚ ਲਿਖਿਆ। ਇਸ ਕਰਕੇ ਸਾਹਿਬ ਜ਼ਿਕਰ ਕਰੇ ਮੁੰਦ ਇਆਣੀ ਮਨਮੁਖੀ, ਮੁੰਦ ਦਾ ਅਰਥ ਹੈ ਬਰਾਈਡ, ਜੀਵ ਰੂਪੀ ਇਸਤਰੀ, ਹੂ ਕਮਸ ਐਂਡ ਗੋਜ਼ ਅਗੇਨ ਐਂਡ ਅਗੇਨ ਇਨ ਰੀਇਨਕਾਰਨੇਸ਼ਨ, ਫਿਰ ਆਉਣ ਜਾਣ ਦੇ ਜਨਮ ਮਰਨ ਦੇ ਚੱਕਰ ਚ ਪੈ ਜਾਂਦੀ ਹੈ। ਕਿਉਂ? ਕਿਉਂਕਿ ਦ ਗਾਡ ਡਸ ਨਾਟ ਕਮ ਇਨ ਟੂ ਹਰ ਕੌਨਸ਼ੀਅਸਨੈਸ। ਪਰਮਾਤਮਾ ਨੂੰ ਯਾਦ ਹੀ ਨਹੀਂ ਕੀਤਾ, ਰੱਬ ਉਹਦੇ ਹਿਰਦੇ ਚ ਆਇਆ ਹੀ ਨਹੀਂ, ਇਹ ਰਸਨਾ ਦੇ ਨਾਲ ਇਸ ਸਮੁੱਖ ਦੇ ਨਾਲ ਗੁਰੂ ਦੀ ਉਸਤਤੀ ਨਹੀਂ ਕੀਤੀ, ਤਾਂ ਕੀ ਹੋਇਆ, ਐਂਡ ਹਰ ਮਾਇੰਡ ਇਜ਼ ਸਟਕ ਇਨ ਦ ਲਵ ਆਫ ਡੁਐਲਟੀ। ਦੁਨੀਆਂ ਦੇ ਰੰਗਾਂ ਦੇ ਵਿੱਚ ਰੰਗੀ ਰਹੀ, ਦੁਨੀਆਂ ਦੇ ਚੋਜ ਤਮਾਸ਼ਿਆਂ ਦੇ ਵਿੱਚ ਅਸੀਂ ਰੰਗੇ ਜਾਂਦੇ ਹਾਂ, ਛੇਤੀ ਜਾਂਦੇ ਹਾਂ, ਵਕਤ ਸਿਰ ਜਾਂਦੇ ਹਾਂ, ਗੁਰੂ ਦੇ ਰੰਗ ਦੇ ਵਾਸਤੇ ਮਨ ਨਹੀਂ ਕਰਦਾ। ਤਾਂ ਫਿਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਾਡੇ ਮਨ ਫਿਰ ਮੈਲ ਨਾਲ ਭਰ ਜਾਂਦੇ ਨੇ, ਮਾੜਾ ਸੁਣਿਆ ਕੰਨਾਂ ਨੇ ਅੰਦਰ ਮਾੜਾ ਆਇਆ, ਮਾੜਾ ਨੇਤਰਾਂ ਨੇ ਤੱਕਿਆ ਅੰਦਰ ਮਾੜਾ ਗਿਆ, ਇਸ ਜ਼ਬਾਨ ਨੇ ਮਾੜਾ ਬੋਲਿਆ ਮਨ ਦੇ ਅੰਦਰ ਮਾੜਾ ਹੀ ਗਿਆ, ਜੇ ਮਾੜਾ ਖਾਇਆ ਮਾੜਾ ਬੋਲਿਆ ਗੰਦਾ ਸੁਣਿਆ ਗੰਦਾ ਵੇਖਿਆ ਤੇ ਫਿਰ ਮਨ ਤੇ ਡੈਫੀਨੇਟਲੀ ਮੈਲਾ ਹੋ ਗਿਆ ਨਾ, ਗੰਦਾ ਹੋ ਗਿਆ, ਤੇ ਫਿਰ ਕੀ ਕਰਾਂਗੇ ਇਸ ਜੀਵਨ ਨੂੰ, ਜ਼ਿੰਦਗੀ ਸਫਲ ਕਿਵੇਂ ਹੋਈ। ਸਾਹਿਬ ਜੀ ਕਹਿੰਦੇ ਨੇ ਹਮ ਮੈਲ ਭਰੇ ਦੋਹੋ ਚਾਰੀਆ ਹਰ ਰਾਖੋ ਅੰਗੀ ਅੰਗ, ਅਸੀਂ ਵਿਕਾਰਾਂ ਦੀ ਮੈਲ ਦੇ ਵਿੱਚ ਭਰੇ ਹਾਂ, ਸਾਡਾ ਮਨ ਸਾਡਾ ਤਨ ਸਾਡੀ ਜ਼ਿੰਦਗੀ ਸਾਡੀ ਬੋਲਬਾਣੀ, ਅਸੀਂ ਮੰਦ ਕਰਮੀ ਹੋ ਗਏ ਹਾਂ। ਪਰਮਾਤਮਾ ਸਤਿਗੁਰੂ ਸਾਡੇ ਤੇ ਤਰਸ ਕਰ, ਆਈ ਐਮ ਫੁੱਲ ਆਫ ਫਿਲਥ ਐਂਡ ਆਈ ਪ੍ਰੈਕਟਿਸ ਈਵਲ ਡੀਡਸ, ਓ ਮਾਈ ਸਤਿਗੁਰੂ ਸੇਵ ਮੀ, ਸੇਵ ਮੀ, ਬੀ ਵਿਦ ਮੀ, ਮਰਜ ਮੀ ਇਨ ਟੂ ਯੂਅਰ ਬੀਂਗ। ਤੇ ਜਦੋਂ ਗੁਰੂ ਅੱਗੇ ਇਹ ਤਰਲਾ ਕਰੀਏ, ਅਰਦਾਸ ਕਰੀਏ, ਸੱਚੇ ਪਾਤਸ਼ਾਹ ਹਮ ਅਵਗੁਣ ਭਰੇ ਏਕ ਗੁਣ ਨਾਹੀ, ਜੇ ਤਾ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ। ਤੇ ਗੁਰੂ ਬਖਸ਼ਿੰਦਾ ਹੈ, ਗੁਰੂ ਬਖਸ਼ਦਾ ਹੈ, ਗੁਰੂ ਰਿਸ਼ਤਾ ਦਿੰਦਾ ਹੈ, ਜੈਸਾ ਬਾਲਕ ਭਾਏ ਸੁਭਾਈ ਲਖ ਅਪਰਾਧ ਕਮਾਵੇ ਕਰ ਉਪਦੇਸ਼ ਚਿੜਕੇ ਬਹੁ ਭਾਂਤੀ ਬਉਣ ਪਿਤਾ ਗਲ ਲਾਵੇ ਪਿਛਲੇ ਔਗਣ ਬਖਸ਼ ਲੈ ਪ੍ਰਭ
आगे मार्ग पावे। गुरु रस्ता दिंदा है ते गुरु रामदास साहब जी कहते ने हुण गुरु ने बख्शिश कीती है। गुर अमृत सर नवलाया सब लाथे किल विख पांगा। गुरु साहब ने आत्मक जीवन देन वाले अमृत सरोवर दे विच नाम रूपी सरोवर विच सत्संगत रूपी सरोवर दे विच साड़ी रूह नू साड़े मन नू इशनान करवा दिता है। ते उस अमृत रूपी नाम चिम चिम बरसै अमृत तारा मन पीवै सुन शब्द विचारा। उस नाम रूपी वरखा विच उस नाम रूपी सरोवर दे जल विच साड़ी रूह ने इशनान कीता गुरु कृपा कीती ते साड़े माड़े कर्मां दे माड़ियां सोचां दे माड़ी देखनी जिहड़ी सी ਉਹ ਪਾਕ ਪਵਿੱਤਰ ਹੋ ਜਾਂਦੀ ਨਿਰਮਲ ਹੋ ਜਾਂਦੀ ਹੈ। ਇੱਕ ਸਰੋਵਰ ਸਾਹਿਬ ਸਾਡੇ ਗੁਰ ਅਸਥਾਨਾਂ ਦੇ ਨੇ, ਇੱਕ ਸਰੋਵਰ ਸਤਸੰਗਤ ਜਿੱਥੇ ਬੈਠ ਕੇ ਗੁਰੂ ਦਾ ਕੀਰਤਨ ਹੁੰਦਾ, ਇੱਕ ਸਰੋਵਰ ਇਹ ਹੈ। ਉਸ ਸਰੋਵਰ ਦੀ ਆਪਣੀ ਮਹਾਨਤਾ ਹੈ। ਜਿਤ ਨਾਤੇ ਕਊਆ ਹੰਸ ਹੋਵੇ ਉੱਥੇ ਵੀ ਇਸ਼ਨਾਨ ਕਰੀਏ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ। ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਸਰੋਵਰ ਸਾਹਿਬ ਜੀ ਦੀ ਔਰ ਹਰ ਗੁਰ ਅਸਥਾਨ ਦੇ ਸਰੋਵਰ ਸਾਹਿਬ ਜੀ ਦੀ ਇੱਕ ਬੜੀ ਵੱਡੀ ਫਿਲਾਸਫੀ ਹੈ, ਸਾਂਝੀਵਾਲਤਾ ਦਾ ਪ੍ਰਤੀਕ ਹੈ। ਔਰ ਜਲ ਜਿਹੜਾ ਹੈ ਇਹ ਪੋਜ਼ਿਟਿਵਿਟੀ ਤੇ ਨੈਗੇਟਿਵਿਟੀ ਨੂੰ ਓਬਜ਼ਰਵ ਜਲਦੀ ਕਰਦਾ ਹੈ। 24 ਘੰਟੇ ਕੀਰਤਨ ਦੀਆਂ ਧੁਨੀਆਂ ਕੀਰਤਨ ਦੀਆਂ ਤਰੰਗਾਂ ਜਦੋਂ ਅੰਮ੍ਰਿਤ ਸਰੋਵਰ ਦੇ ਜਲ ਨਾਲ ਟਕਰਾਉਂਦੀਆਂ ਨੇ, ਉਹ ਜਲ ਉਹ ਅੰਮ੍ਰਿਤ ਬਣਦਾ ਹੈ। ਉਹ ਜਲ ਇਸ਼ਨਾਨ ਕਰਦੇ ਹਾਂ ਤਨ ਮਨ ਦੇ ਦੁੱਖ ਦੂਰ ਕਰਦਾ ਹੈ। ਤੇ ਸਾਹਿਬ ਜੀ ਕਹਿੰਦੇ ਗੁਰ ਅੰਮ੍ਰਿਤ ਸਰ ਨਵਲਾਇਆ ਸਭ ਲਾਥੇ ਕਿਲ ਵਿਖ ਪੰਗ। ਤੇ ਫਿਰ ਜਦੋਂ ਆਨੰਦ ਆ ਜਾਂਦਾ ਹੈ ਨਾ ਮਨ ਨੂੰ, ਜਿਵੇਂ ਆਪਾਂ ਨੋਰਮਲ ਸ਼ਾਵਰ ਲਿਆ ਤੇ ਅਸੀਂ ਫਰੈਸ਼ ਮਹਿਸੂਸ ਕਰਦੇ ਹਾਂ ਕਿ ਥਕਾਨ ਦੂਰ ਹੋ ਗਈ, ਮੈਂ ਫਰੈਸ਼ ਹੋ ਗਿਆ, ਆਨੰਦ ਆ ਜਾਂਦਾ ਹੈ, ਖੁਸ਼ੀ ਮਿਲਦੀ ਹੈ। ਇਸੇ ਤਰ੍ਹਾਂ ਜਦੋਂ ਕਲਪਦੇ ਹੋਏ ਮਨ ਨੂੰ, ਸਾਡੇ ਮੈਲੇ ਮਨ ਨੂੰ, ਸਾਡੇ ਮਾੜੇ ਵਿਚਾਰਾਂ ਦੇ ਮਨ ਨੂੰ ਪਰਮਾਤਮਾ ਦੇ ਅੰਮ੍ਰਿਤ ਰੂਪੀ ਨਾਮ ਨਾਲ ਸਤਸੰਗਤ ਦੇ ਵਿੱਚ ਬੈਠ ਕੇ ਆਨੰਦ ਆ ਜਾਂਦਾ ਹੈ ਨਾ, ਫਿਰ ਮਨ ਕਹੇ ਉਸਦਾ ਸਤਿਗੁਰੂ ਇਸੇ ਤਰ੍ਹਾਂ ਹੀ ਕਿਰਪਾ ਕਰ ਸਾਡੇ ਉੱਤੇ, ਅਸੀਂ ਸੰਗਤ ਵਿੱਚ ਆਉਂਦੇ ਰਹੀਏ ਤੇ ਇਹ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ। ਤੇ ਹਜ਼ੂਰ ਅਰਦਾਸ ਹੀ ਕਰ ਰਹੇ ਨੇ ਅਖੀਰਲੀਆਂ ਪੰਕਤੀਆਂ ਵਿੱਚ, ਹਰ ਦੀਨਾ ਦੀਨ ਦਇਆਲ ਪ੍ਰਭ ਸਤ ਸੰਗਤ ਮੇਲੋ ਸੰਗ। ਹੇ ਦੀਨਾਂ ਦੇ ਉੱਤੇ ਦਇਆ ਕਰਨ ਵਾਲੇ ਮੇਰੇ ਸਤਿਗੁਰੂ, ਤਰਸ ਕਰਨ ਵਾਲੇ ਮੇਰੇ ਪਾਤਸ਼ਾਹ, ਸਾਡੇ ਤੇ ਮਿਹਰ ਕਰੋ, ਸਾਡੇ ਤੇ ਤਰਸ ਕਰੋ ਤੇ ਸਾਨੂੰ ਸਤਸੰਗਤ ਬਖਸ਼ੋ। ਅਸੀਂ ਗੁਰੂ ਦਰ ਤੇ ਸਤਸੰਗਤ ਵਿੱਚ ਜਾ ਕੇ ਬੈਠੀਏ, ਕਿਉਂਕਿ ਉਹ ਅੰਮ੍ਰਿਤ ਰੂਪੀ ਨਾਮ ਦਾ ਇੱਕ ਸਰੋਵਰ ਹੈ। ਉਸ ਸਰੋਵਰ ਵਿੱਚ ਸਾਡੀ ਰੂਹ ਇਸ਼ਨਾਨ ਕਰੇ, ਸਾਡਾ ਮਨ ਇਸ਼ਨਾਨ ਕਰੇ, ਸਤਸੰਗਤ ਮਿਲੋ ਸੰਗ, ਕਿਉਂਕਿ ਮਿਲ ਸੰਗਤ ਹਰ ਰੰਗ ਪਾਇਆ ਜਨ ਨਾਨਕ ਮਨ ਤਨ ਰੰਗ। ਸਤਸੰਗਤ ਵਿੱਚ ਬੈਠ ਕੇ ਪਰਮਾਤਮਾ ਦੇ ਨਾਮ ਦਾ ਐਸਾ ਰੰਗ ਆਇਆ ਹੈ, ਐਸਾ ਆਨੰਦ ਆਇਆ ਹੈ, ਐਸੀ ਸੁੱਖ ਤੇ ਸ਼ਾਂਤੀ ਮਿਲੀ ਹੈ, ਮਨ ਨੂੰ ਖੁਸ਼ੀ ਮਿਲੀ ਹੈ, ਮੇਰਾ ਤਨ ਤੇ ਮਨ ਗੁਰੂ ਦੇ ਨਾਮ ਦੇ ਰੰਗ ਵਿੱਚ ਰੰਗਿਆ ਗਿਆ ਹੈ। ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿੰਨਾ ਕੇ ਪਾਸ ਧੂੜ ਤਿੰਨਾ ਕੀ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ। ਓ ਮਾਈ ਸਤਿਗੁਰੂ ਮਰਸੀ ਫੁੱਲ ਟੂ ਦ ਮੀਕ ਐਂਡ ਦ ਪੂਅਰ, ਪਲੀਜ਼ ਯੂਨਾਈਟ ਮੀ ਵਿਦ ਦਾ ਸਤਸੰਗਤ ਦਾ ਟਰੂ ਕੰਗਰੇਗੇਸ਼ਨ। ਜੁਆਇਨਿੰਗ ਦਾ ਸਤਸੰਗਤ, ਜੁਆਇਨਿੰਗ ਦਾ ਕੰਗਰੇਗੇਸ਼ਨ,
ਗੁਰੂ ਸਾਹਿਬ ਕਹਿੰਦੇ ਨੇ ਸਰਵੰਤ ਨਾਨਕ ਹੈ ਓਬਟੇਨਡ ਦਾ ਲਾਰਡਸ ਲਵ, ਵੀ ਹੈਵ ਓਬਟੇਨਡ ਦਾ ਲਾਰਡਸ ਲਵ, ਮਾਈ ਮਾਇੰਡ ਐਂਡ ਬੋਡੀ ਆਰ ਡ੍ਰੈਂਚਡ ਇਟ, ਤਨ ਤੇ ਮਨ ਆਨੰਦਿਤ ਹੋ ਗਿਆ ਹੈ, ਸੁੱਖ ਮਿਲਿਆ ਹੈ, ਸ਼ਾਂਤੀ ਮਿਲੀ ਹੈ, ਗੁਰੂ ਦੀ ਅਸੀਸ ਮਿਲੀ ਹੈ। ਤੇ ਫਿਰ ਗੁਰੂ ਪਿਆਰਿਓ ਕੋਸ਼ਿਸ਼ ਕਰਿਆ ਕਰੀਏ, ਆਪਾਂ ਜਦੋਂ ਵੀ ਦੀਵਾਨ ਸੱਜਦੇ ਨੇ ਗੁਰੂ ਦੇ ਦਰ ਦੇ ਉੱਤੇ ਵਕਤ ਸਿਰ ਪਹੁੰਚਿਆ ਕਰੀਏ, ਦੀਵਾਨ ਵਿੱਚ ਗੁਰੂ ਦੇ ਪਿਆਰ ਵਿੱਚ ਇਉਂ ਬੈਠਿਆ ਕਰੀਏ ਜਿਵੇਂ ਇੱਕ ਮਾਸੂਮ ਬੱਚਾ ਮਾਂ ਦੀ ਗੋਦ ਵਿੱਚ ਬੈਠਿਆ ਹੁੰਦਾ ਹੈ। ਉਹ ਮਾਂ ਦੇ ਕੋਲੋਂ ਦੁੱਧ ਵੀ ਲੈ ਰਿਹਾ, ਫੀਡਿੰਗ ਵੀ ਲੈ ਰਿਹਾ ਹੈ, ਮਾਂ ਨਾਲ ਪਿਆਰ ਕਰ ਰਿਹਾ ਹੈ, ਮਾਂ ਦੀ ਟੋਟਲ ਬਲੈਸਿੰਗ ਜਿਹੜੀ ਹੁੰਦੀ ਨਾ, ਉਸ ਵਕਤ ਬੱਚੇ ਦਾ ਰੋਮ ਰੋਮ ਆਨੰਦਿਤ ਕਰ ਦਿੰਦੀ ਹੈ। ਸਤਸੰਗਤ ਇੱਕ ਮਾਂ ਦੀ ਗੋਦ ਹੈ, ਗੁਰੂ ਦੀ ਗੋਦ ਹੈ। ਇਸੇ ਕਰਕੇ ਜਦੋਂ ਗੁਰੂ ਦੀ ਗੋਦ ਦਾ ਸੰਬੋਧਨ ਕੀਤਾ ਜਾਂਦਾ ਨਾ ਕਿ ਗੁਰੂ ਗੋਦ ਵਿੱਚ ਜੁੜ ਬੈਠੇ ਸਤਸੰਗੀ ਜਦੋਂ ਵੱਡਿਆਂ ਪਾਗਾਂ ਵਾਲੇ ਹੋ, ਤਾਂ ਸਤਿਗੁਰੂ ਦੇ ਅੱਗੇ ਅਰਦਾਸ ਕਰਿਆ ਕਰੀਏ ਸਾਨੂੰ ਸਤਸੰਗਤ ਨਸੀਬ ਹੁੰਦੀ ਰਹੇ। ਤੇ ਸਤਸੰਗਤ ਵਿੱਚ ਜਦੋਂ ਬੈਠ ਜਾਈਏ, ਬੈਠਿਆਂ ਬੈਠਿਆਂ ਬਸ ਦੋ ਸ਼ਬਦ ਗੁਰੂ ਨੂੰ ਕਹਿ ਦਈਏ, ਸਤਿਗੁਰੂ ਸਾਡੇ ਉੱਤੇ ਤਰਸ ਕਰਿਓ, ਆਹ ਜੋ ਚਿੰਮ ਚਿੰਮ ਵਰਸ ਹੈ, ਅੰਮ੍ਰਿਤ ਧਾਰਾ ਹੈ ਨਾ, ਅੰਮ੍ਰਿਤ ਦੀ ਕੀਰਤਨ ਦੀ ਕਥਾ ਦੀ ਵਰਖਾ ਹੋ ਰਹੀ ਹੈ, ਇਹਦੇ ਵਿੱਚ ਮੇਰਾ ਮਨ ਇਸ਼ਨਾਨ ਕਰ ਲਵੇ। ਬਾਰਿਸ਼ ਵਿੱਚ ਜਦੋਂ ਬੱਚੇ ਖੇਡਦੇ ਨੇ ਨਾ, ਕਿਤਨੀ ਪ੍ਰਸੰਨਤਾ ਹੁੰਦੀ ਉਹਨਾਂ ਨੂੰ। ਆਪਾਂ ਵੀ ਖੇਡਦੇ ਰਹੇ ਹਾਂ, ਮੀਂਹ ਪੈਣਾ, ਬਾਰਿਸ਼ ਸ਼ੁਰੂ ਹੋਣੀ, ਗਰਮੀ ਤੋਂ ਬਾਅਦ ਸਾਰਿਆਂ ਨੇ ਬਾਹਰ ਨਿਕਲ ਜਾਣਾ, ਬੜੇ ਖੁਸ਼ ਹੋਣਾ, ਇੱਕ ਪ੍ਰਸੰਨਤਾ ਸੀ। ਤੇ ਜਦੋਂ ਚਿੰਮ ਚਿੰਮ ਵਰਸੇ ਅੰਮ੍ਰਿਤ ਧਾਰਾ ਹੁੰਦੀ ਹੈ, ਜੇ ਮਨ ਪੀਵੈ ਸੁਣ ਸ਼ਬਦ ਵਿਚਾਰਾ, ਮਨ ਨੇ ਇਹ ਅੰਮ੍ਰਿਤ ਰੂਪੀ ਇਸ਼ਨਾਨ ਕਰ ਲਿਆ ਨਾ ਜਲ ਦੇ ਨਾਲ, ਆਨੰਦ ਬਿਨੋਦ ਕਰੇ ਦਿਨ ਰਾਤੀ, ਸਦਾ ਸਦਾ ਹਰ ਕੇਲਾ ਜੀਓ। ਤੇ ਫਿਰ ਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਜਨਮ ਜਨਮ ਕਾ ਵਿਛੜਿਆ ਮਿਲਿਆ, ਸਾਧ ਕਿਰਪਾ ਤੇ ਸੁਕਾ ਹਰਿਆ। ਅਸੀਂ ਜਨਮਾਂ ਜਨਮਾਂ ਤੋਂ ਕਈ ਜਨਮਾਂ ਦੇ ਵਿਛੜੇ ਹਾਂ, ਰੂਹ ਸਾਡੀ ਪਰਮਾਤਮਾ ਨਾਲ ਵਿਛੜੀ ਪਈ ਹੈ। ਸਤਸੰਗਤ ਵਿੱਚ ਬੈਠ ਕੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ। ਜਨਮ ਜਨਮ ਕਾ ਵਿਛੜਿਆ ਮਿਲਿਆ, ਸਾਧ ਕਿਰਪਾ ਤੇ ਸੁੱਕਾ ਹਰਿਆ। ਇਹ ਮਨ ਸੁੱਕਾ ਸੀ, ਹਰਾ ਹੋ ਜਾਂਦਾ ਹੈ, ਫੁੱਲ ਲੱਗਦੇ ਨੇ, ਫਲ ਲੱਗਦਾ ਹੈ, ਜੀਵਨ ਸਫਲ ਹੋ ਜਾਂਦਾ ਹੈ। ਸਾਧ ਕਿਰਪਾ ਤੇ ਸੁੱਕਾ ਹਰਿਆ, ਤੇ ਗੁਰੂ ਐਸਾ ਬਖਸ਼ਿੰਦ ਹੈ। ਸੁੱਕੇ ਹਰੇ ਕੀਏ ਖਿੰਨ ਮਾਹੇ, ਅੰਮ੍ਰਿਤ ਦ੍ਰਿਸ਼ਟ ਸੰਚ ਜਿਵਾਏ, ਸੁਮਤ ਪਾਏ ਨਾਮ ਤੇ ਆਏ, ਗੁਰਮੁਖ ਹੋਈਏ ਮੇਲਾ ਜੀਓ। ਗੁਰੂ ਕਿਰਪਾ ਕਰੇ ਸਾਨੂੰ ਇਸ ਤਰ੍ਹਾਂ ਹੀ ਬਖਸ਼ਿਸ਼ ਕਰੇ। ਗੁਰੂ ਅੱਗੇ ਅਰਦਾਸ ਕਰਿਆ ਕਰੀਏ, ਸਹੀ ਪਿਆਰੇ ਮੇਲ ਜਿਨ੍ਹਾਂ ਦੇ ਮਿਲਿਆ ਤੇਰਾ ਨਾਮ ਚੇਤੇ ਆਵੇ। ਇਹੋ ਜਿਹੇ ਗੁਰਮੁਖ ਪਿਆਰੇ ਸਤਿਗੁਰੂ ਸਾਨੂੰ ਮਿਲਾਉਂਦਾ ਰਹੇ, ਬਖਸ਼ਿਸ਼ ਕਰਦੇ ਰਹੋ ਸਾਡੇ ਉੱਤੇ, ਜਿਨ੍ਹਾਂ ਦੇ ਮਿਲਿਆ ਤੇਰਾ ਨਾਮ ਚੇਤੇ ਆਵੇ। ਤੇ ਰੋਜ਼ ਕਿਹਾ ਕਰੀਏ, ਨਾਨਕ ਨਾਮ ਚੜ੍ਹਦੀ ਕਲਾ।